ਸ੍ਰੀ ਅਕਾਲ ਦੋਸਤੋ। ਅੱਜ 2 ਵਿਸਾਖ ਦੈਨ ਸ਼ਨਿਚਰਵਾਰ। ਪਹਿਲਾਂ ਘਰਦਿਆਂ ਨੇ ਤੂੜੀ ਵਾਲੇ ਕਮਰੇ 'ਚ ਵਾੜ ਰੱਖਿਆ ਸੀ, ਕਹਿੰਦੇ ਪੁਰਾਣੀ ਤੂੜੀ ਕੱਢ। ਉਹ ਮੀਂਹ ਪੈਣ ਕਰਕੇ ਥੋੜ੍ਹੀ ਜਿਹੀ ਜਿਹੜੀ ਆਪਣੀ ਪੁਰਾਣੀ ਤੂੜੀ ਸੀਗੀ ਨਾ, ਉਹ ਗਲ ਗਈ ਸੀ। ਅਤੇ ਉਹ ਕਹਿੰਦੇ ਘਰਦੇ ਕਹਿੰਦੇ ਪੁਰਾਣੀ ਕੱਢ, ਇੱਥੇ ਨਵੀਂ ਤੂੜੀ ਮਤਲਬ ਕਮਰੇ 'ਚ ਪਾਉਣੀ ਹੈ। ਕਹਿੰਦੇ ਤੇਰੇ ਬਲੌਗ ਬਲੂਗ ਫਿਰ ਵੇਖਾਂਗੇ, ਪਹਿਲਾਂ ਘਰਦੇ ਕੰਮ ਕਰ। ਉਹ ਤਾਂ ਹਰਗੋਬਿੰਦ ਕਹਿੰਦਾ ਯਾਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚੱਲਣਾ, ਚੱਲੀਏ। ਅਤੇ ਮੌਕੇ 'ਤੇ ਪਲੈਨ ਬਣ ਗਿਆ, ਨਾਲੇ ਦਰਸ਼ਨ ਕਰਨ ਚੱਲਦੇ ਹਾਂ, ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਸ੍ਰੀ ਹਰਿਮੰਦਰ ਸਾਹਿਬ ਜੀ ਦੇ। ਮਲਾਈ ਵਰਗਾ ਪਿਆ ਰੋਡ ਆ, ਖਿੱਚ ਦਾ ਕੰਮ। ਵਨ ਮੋਰ ਟਰੱਕ, ਓ ਨੋ, ਟਰੱਕਾਂ ਦਾ ਜਵਾਕ ਜਾ ਆ ਗਿਆ। ਚੱਲ ਵੀਰੇ ਚੱਲ, ਲਓ ਜੀ ਰਾਜੀ ਰਹਿ, ਵੀ ਰਾਜੀ ਰਹਿ। ਇੱਕ ਹੋਰ ਫਾਟਕ ਲੱਗ ਗਿਆ, ਬਾਬਾ ਦੀਪ ਸਿੰਘ ਸਰਾਂ ਚ ਜਾਣਾ ਸੀਗਾ, ਤਾਂ ਕਰਕੇ ਇੱਧਰ ਦੀ ਤਰਨ ਤਾਰਨ ਜਿਹੜਾ ਸ਼ਹਿਰ ਦੇ ਵਿੱਚ ਦੀ ਹੋ ਕੇ ਗਏ, ਉਹ ਪਰਲੇ ਪਾਸੇ ਦੀ ਨੀ ਗਏ, ਆਹ ਰਸਤੇ ਦੇ ਵਿੱਚ ਦੀ ਜਾਣਾ ਪੈ ਗਿਆ। ਇੱਧਰ ਸਾਨੂੰ ਇੱਕ ਹੋਰ ਫਾਟਕ ਹੈ, ਖੱਜਰ ਖੁਆਰੀ ਹੈ ਬਸ। ਚਲੋ ਕੋਈ ਗੱਲ ਨੀ, ਕਾਫੀ ਖੱਜਰ ਖੁਆਰੀ ਤੋਂ ਬਾਅਦ ਥੋੜਾ ਜਿਹਾ ਬਾਹਰ ਨਿਕਲਿਆ, ਦਿਲ ਨੂੰ ਸਕੂਨ ਮਿਲਿਆ। ਰਹਿਣ ਕਰਨ ਦਾ ਪ੍ਰਬੰਧ ਆਪਾਂ ਇੱਥੇ ਕਰ ਲਿਆ, ਸ਼ਹੀਦ ਬਾਬਾ ਦੀਪ ਸਿੰਘ ਸਰਾਂ। ਇੱਥੇ ਬਾਬਾ ਦੀਪ ਸਿੰਘ ਸਰਾਂ ਚ ਰੁਕੇ ਸੀ, ਇੱਥੇ ਬਾਬਾ ਦੀਪ ਸਿੰਘ ਸਰਾਂ ਚ ਰੁਕੇ ਸੀ। ਇਸ ਤੋਂ ਬਾਅਦ ਹੁਣ ਚੱਲੇ ਹਾਂ ਦਰਬਾਰ ਸਾਹਿਬ, ਇਸ਼ਨਾਨ ਕਰਕੇ ਤੇ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ। ਭੀੜ ਭਟੱਕਾ, ਬਜ਼ਾਰੋ ਬਜ਼ਾਰੀ ਕੰਮ। ਵਾਹਿਗੁਰੂ ਸੱਚੇ ਪਾਤਸ਼ਾਹ। ਆਟੋ ਲੈ 20 ਰੁਪਏ ਸਵਾਰੀ ਹੈ, 2 ਜਣੇ 40 ਰੁਪਏ ਲੱਗਣੇ ਇਹਦੇ ਤਾਂ। ਗੁਰਦੁਆਰਾ ਗੀਠਾ ਸਾਹਿਬ, ਚਲੋ ਦੱਸ। ਇਹ ਜਦੋਂ ਆਪਾਂ ਬਾਬਾ ਦੀਪ ਸਿੰਘ ਸਰਾਂ ਤੋਂ ਨਾਲ ਹੀ ਮੁੜਦੇ ਹਾਂ, ਜਦੋਂ ਇੱਧਰ ਨੂੰ ਜਾਂਦੇ ਖੱਬੇ ਹੱਥ ਰਸਤਾ ਮੁੜਦਾ, 1.5 ਕਿਲੋਮੀਟਰ ਤੇ ਹੈ, ਪਿਛਲੀ ਸਾਈਡ ਨਿਕਲਦਾ ਆਪਣੇ ਦਰਬਾਰ ਸਾਹਿਬ ਦੇ ਉਰਲੇ ਪਾਸੇ ਨਿਕਲਦਾ। ਸੱਤਰ 80 ਕਿਲੋਮੀਟਰ ਡੇਲੀ ਕੱਢ ਦਿੰਦੇ ਹੋਗੇ ਤੁਸੀਂ? ਅੱਛਾ, 100 ਹੀ ਚੱਲ ਜਾਂਦੀ ਹੈ, ਡਾਊਨ ਕਰਕੇ ਠਾਲਦੇ ਆ ਫੇਰ। ਸਤਨਾਮ ਵਾਹਿਗੁਰੂ 7 ਵਜ ਕੇ 15 ਮਿੰਟ ਤੇ ਇੱਥੇ ਪਹੁੰਚ ਗਏ।
ਰਹੇ ਸ਼ਾਮ ਨਹੀਂ ਤੁਰ ਗਿਆ ਦਰਬਾਰ ਸਾਹਿਬ ਦੇ ਜਮਾਂ ਬਿਲਕੁਲ ਸਾਹਮਣੇ ਅਕਾਲ ਤਖ਼ਤ ਸਾਹਿਬ ਹੈ ਤੇ ਤੁਸੀਂ ਇਤਿਹਾਸ ਪੜ੍ਹਨਾ ਇਹਨਾਂ ਦਾ ਸਕਰੀਨਸ਼ਾਟ ਮਾਰ ਲਓ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤਖ਼ਤ ਸਾਹਿਬ ਉੱਪਰ ਇਤਿਹਾਸ ਸ਼ਸਤਰ ਕੋਠਾ ਸਾਹਿਬ ਇਤਿਹਾਸਿਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਐਤਵਾਰ ਅਤੇ ਬੁੱਧਵਾਰ ਦਿਨ ਦੇ 12 ਵਜੇ ਅੰਮ੍ਰਿਤਕਾਰ ਹੁੰਦਾ ਹੈ। ਤਖ਼ਤ ਸਾਹਿਬ ਉੱਤੇ ਤਨਖਾਹੀਆਂ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਜਮਾਂ ਏਕਮਕਾਰ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਮਨ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਸ਼ਾਇਦ ਸੰਡੇ ਹੋਣ ਕਰਕੇ ਐਤਵਾਰ ਹੋਣ ਕਰਕੇ ਬਹੁਤ ਜ਼ਿਆਦਾ ਇਕੱਠ ਹੈ। ਹੋ ਸਕਦਾ ਕਿ ਡੇਲੀ ਹੋਵੇ, ਪਰ ਮੈਂ ਤਾਂ ਜਿੰਨੇ ਵਾਰੀ ਵੀ ਆਇਆ ਇੰਨਾ ਹੀ ਇਕੱਠ ਵੇਖਿਆ, 9-10 ਵਾਰ ਆਇਆ, ਇੱਥੇ ਦਿੱਕਤ ਲੈਣ ਲੱਗੀ ਹੈ। ਕੀ ਦਿੱਕਤ? ਬਹੁਤ ਜ਼ਿਆਦਾ ਇਕੱਠ ਹੈ ਸੰਗਤ ਦਾ ਦਰਸ਼ਨ ਕਰਨ ਆਈ ਹੈ ਸ਼੍ਰੀ ਦਰਬਾਰ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ। ਜਲ ਦੀ ਸੇਵਾ ਚੱਲ ਰਹੀ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੱਕ ਹੋਰ ਇੱਥੇ ਸਰੋਪਿਓ ਅਤੇ ਪਿੰਨੀ ਪ੍ਰਸ਼ਾਦ ਇੱਥੋਂ ਰਸੀਦ ਕਟਵਾ ਕੇ ਪ੍ਰਾਪਤ ਕਰੋ ਜੀ। ਨਾਲ ਇੰਗਲਿਸ਼ 'ਚ ਲਿਖਿਆ, ਉੱਧਰੋਂ ਹਿੰਦੀ 'ਚ ਲਿਖਿਆ। ਸ਼ਾਇਦ ਹੀ ਹੋਰ ਕਿਸੇ ਇਤਿਹਾਸਿਕ ਥਾਂ 'ਤੇ ਇੰਨਾ ਇਕੱਠ ਲੋਕ ਮੱਥਾ ਟੇਕਣ ਆਉਂਦੇ ਹੋਣ। ਆਉਂਦੇ ਜ਼ਰੂਰ ਆ, ਪਰ ਇੰਨਾ ਇਕੱਠ ਨਹੀਂ ਹੁੰਦਾ ਹੋਣਾ। ਵੀਲਚੇਅਰ ਦਾ ਜਿਹੜੇ ਹੈਂਡੀਕੈਪਟਾਂ ਲਈ ਜ਼ਿਲ੍ਹਿਆਂ ਵਾਲਾ ਬਾਗ ਸਮਾਰਕ, ਇੱਧਰ ਮਾਸੀ ਨੂੰ ਆਵਾਜ਼ਾਂ ਵੱਜ ਜਾਂਦੀਆਂ, ਮਾਸੀ ਮਾਸੀ ਹੋਈ ਜਾਂਦੀ। ਚੱਕੋ ਇੱਧਰ ਵੀ ਮਾਸੀ ਮਾਸੀ। ਟੂੰ ਟੂੰ ਹੋ ਗਈ ਲੈ ਵੀ। ਹਾਂਜੀ ਡਾਂਗਾ ਡੂੰਗਾ ਚੱਕੀ ਬੈਠਿਆ ਸਾ। ਕਾਕਾ ਵੀ ਕਾਕਾ ਚੱਕੀ ਬੈਠਾ। ਬਹੁਤ ਸੋਹਣਾ ਦ੍ਰਿਸ਼ ਹੈ, ਗ੍ਰੀਨਰੀ ਗ੍ਰੀਨਰੀ ਹੋਈ ਪਈ ਹੈ। ਇੱਧਰ ਫੋਟੋ ਸ਼ੋਟੋ। ਇਹ ਦੱਸ ਰਹੇ ਲੋਕਾਂ ਉੱਪਰ ਗੋਲੀ ਇੱਥੋਂ ਚਲਾਈ ਗਈ ਸੀ, ਕਹਿੰਦੇ ਗ੍ਰੀਨਰੀ ਬਹੁਤ ਆ, ਹੋਰ ਗੱਲਾਂ ਦੀਆਂ ਗੱਲਾਂ। ਚਲੋ ਆ ਤੁਸੀਂ ਪੜ੍ਹ ਲਓ ਲੋਕਾਂ, ਆਪਾਂ ਤਾਂ ਇੱਥੇ ਲਾਉਣਾ ਲੇਟੇ ਅੱਧਾ ਘੰਟਾ, ਹਰਗੋਬਿੰਦ ਨਹੀਂ ਆਇਆ। ਜਦੋਂ ਨਿੱਕੇ ਹੁੰਦੇ ਆਉਂਦੇ ਹੁੰਦੇ ਸੀ ਨਾ, ਉਦੋਂ ਇੱਥੇ ਸ਼ੀਸ਼ਾ ਕੋਈ ਨਹੀਂ ਸੀ, ਇੱਥੇ ਢਾਲੇ ਢਾਲੇ ਥੱਲੇ ਦੀਂਦੇ ਹੁੰਦੇ ਸੀਗੇ, ਅਤੇ ਦੇਖਣ ਨੂੰ ਪਤਾ ਲੱਗਦਾ ਸੀਗਾ ਕਿ ਖੂਹ ਭਰਿਆ ਪਿਆ। ਅਤੇ ਹੁਣ ਇਹਨਾਂ ਨੇ ਬੰਦ ਕਰਤਾ ਸ਼ੀਸ਼ੇ ਲਾ ਤੇ, ਇਹਨਾਂ ਨੂੰ ਐਂ ਹੋਣਾ ਕੋਈ ਛਾਲ ਜੱਦਰ ਜੇ, ਹੋ ਸਕਦਾ ਇੱਕ ਦਿਨ ਜੱਦਰ ਹੀ ਹੋਵੇ ਛਾਲ, ਫੇਰ ਹੀ ਲਾਏ ਹੋਣ। ਇਹ ਆਪਣਾ ਇਤਿਹਾਸ ਹੀ ਹੈ ਸਾਰਾ, ਜ਼ਿਲ੍ਹਿਆਂ ਵਾਲੇ ਬਾਗ 1919 ਦਾ, ਜਿਹੜਾ ਇੱਥੇ ਗੋਲੀਆਂ ਚੱਲੀਆਂ, ਜਿਹੜੀਆਂ ਕੰਧ ਦੇ ਵਿੱਚ ਗੋਲੀਆਂ ਵੱਜੀਆਂ ਉਹਦੇ ਨਿਸ਼ਾਨ ਹੈ। ਇੱਧਰ ਵੀਰ ਇਤਿਹਾਸ ਪੜ੍ਹੀ ਜਾਂਦੇ ਹੈ, ਸਹੀ ਹੈ ਗੱਲਬਾਤ। 1919 'ਚ ਨਾ ਇਹ ਇਕੱਠੇ ਹੋਏ ਸੀਗੇ ਅਤੇ ਨਿਹੱਤਿਆਂ ਦੇ ਉੱਤੇ ਗੋਲੀਆਂ ਚਲਾਤੀਆਂ ਸੀ, ਉਹ ਸ਼ਾਂਤੀਪੂਰਵਕ ਆਪਦਾ ਪ੍ਰਦਰਸ਼ਨ ਕਰੀ ਜਾਂਦੇ ਸੀਗੇ ਅਤੇ ਉਹਨਾਂ 'ਤੇ ਗੋਲੀਆਂ ਚਲਾ ਦੀਆਂ, ਅਤੇ ਆਹ ਗੋਲੀਆਂ ਦੇ ਨਿਸ਼ਾਨ ਹੈ, ਇੱਥੇ 36 ਨਿਸ਼ਾਨ ਹਨ ਗੋਲੀਆਂ ਦੇ। ਲਓ ਜੀ ਇਹ ਸ਼ਹੀਦੀ ਸਮਾਰਕ, ਸ਼ਹੀਦਾਂ ਨੂੰ ਸਮਰਪਿਤ।
ਗੋਲੀਆਂ ਦੇ ਨਿਸ਼ਾਨ ਹੈ, ਧੜਾ ਧੜ ਗੋਲੀਆਂ ਚੱਲੀਆਂ ਸੀ। ਇਹ ਕਹਿੰਦੇ ਗੋਲੀਆਂ ਦੇ ਨਿਸ਼ਾਨ ਬਣੇ ਆ, ਪਾਗਲ ਹੋ ਗਏ ਹੋ। ਸਹੀ ਹੈ, ਇੱਥੇ ਨਿਸ਼ਾਨ ਹੈ, 28 ਨਿਸ਼ਾਨ ਹੈ ਗੋਲੀਆਂ ਦੇ, ਧੜਾ ਧੜੀ ਇੱਕ ਹਿਸਾਬ ਦੀਆਂ। ਫੋਟੋ ਕਾਪੀ ਦਾ ਜ਼ਮਾਨਾ, ਇੱਧਰ ਵੀਰ ਫੋਟੋ ਕਰਾਈ ਜਾਂਦੀ। ਸ਼ਹੀਦ ਊਧਮ ਸਿੰਘ ਜੀ ਦੇ ਫੁੱਲ ਹੈ, 19 ਜੁਲਾਈ 1973 ਨੂੰ ਭਾਰਤ ਲਈਆਂ ਗਈਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ। ਯੋਧਾ ਸੀ ਪੂਰਾ, ਅਮਰ ਜੋਤ ਤੇ ਚੱਲਦੀ ਰਹਿੰਦੀ ਹੈ ਜੀ 24 ਘੰਟੇ। ਕਾਲੀਨ ਪੰਜਾਬ, ਪ੍ਰਾਚੀਨ ਕਾਲੀਨ ਪੁਰਾਣਾ ਪੰਜਾਬ ਹੈ, ਅਲੱਗ ਅਲੱਗ ਤਰ੍ਹਾਂ ਦਾ। ਇੱਧਰ ਵੀਰਾ ਫੋਟੋ ਕਰਾਉਣ ਲੱਗ ਗਿਆ ਮੂਹਰੇ ਆ ਕੇ। ਲੰਗਰ ਬਣਾਉਣ ਵਾਸਤੇ ਜਿਹੜਾ ਪਹਿਲਾਂ ਆਲੂ ਕੱਟਣੇ ਰਸਮ ਚੱਲਣੀ ਤਿਆਰ ਕਰਦੇ ਆ। ਤਾਂ ਇੱਥੇ ਰਹੇ ਸੀ ਬਾਬਾ ਦੀਪ ਸਿੰਘ ਨਿਵਾਸ, ਸਰਾਂ ਦੇ ਵਿੱਚ ਰਹੇ ਸੀਗੇ, ਤੇ ਹੁਣ ਚੱਲੇ ਹਾਂ ਅਸੀਂ ਤਰਨ ਤਾਰਨ ਸਾਹਿਬ। ਇੱਥੇ ਕਮਰੇ ਦਾ ਕਿਰਾਇਆ ਹੈਗਾ 200 ਰੁਪਏ, ਜੇ ਗੀਜਰ ਕਮਰੇ ਦਾ ਕਿਰਾਇਆ 500। ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧ ਸਾਰੇ ਨਿਵਾਸੀਆਂ ਗੀਜਰ ਕਮਰੇ ਸਿਕਿਉਰਿਟੀ 1000 ਰੁਪਏ। ਜੇ ਗੀਜਰ ਜਾਂ ਏਸੀ ਕਮਰਾ ਆਪਾਂ ਲੈਂਦੇ ਹਾਂ ਉਹਦਾ 500, ਸਿਕਿਉਰਿਟੀ 1000 ਲੈ ਲੈਂਦੇ ਆ, 500 ਵਾਪਸ ਕਰ ਦਿੰਦੇ। ਇੱਥੋਂ ਨਿਕਲਣ ਸਾਰ ਸਾਹਮਣੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ, ਤੇ ਇਹਦੇ ਬੈਕ ਸਾਈਡ ਜਿਹੜੀ ਗਲੀ ਜਾਂਦੀ ਹੈ ਇੱਕ ਦਰਬਾਰ ਸਾਹਿਬ ਨੂੰ, ਹੁਣ ਥੋੜੇ ਜਿਹੇ ਆਟੋ ਰਿਕਸ਼ਾ ਜਾਂ ਰਿਕਸ਼ਾ ਵਾਲੇ ਬੰਦ ਕੀਤੇ ਵੀ ਉਹ ਇੱਧਰ ਦੀ ਵੱਲ ਕੇ ਆਉਂਦੇ ਆ ਸਾਈਡ ਸਣੀ, ਤੇ ਪਰ ਜੇ ਤੁਰ ਕੇ ਜਾਣਾ ਤੇ ਆਪਾਂ ਇਹਦੇ ਨਾਲ ਦੀ ਜਿਹੜੀ ਬੈਕ ਸਾਈਡ ਗਲੀ ਜਾਂਦੀ ਹੈ ਸਿੱਧੀ ਪਿਛਲੇ ਪਾਸੇ ਦਰਬਾਰ ਸਾਹਿਬ ਤੇ ਜਾ ਉੱਠਦੀ ਹੈ। ਇੱਥੋਂ 1-1.5 ਕਿਲੋਮੀਟਰ ਹੀ ਹੈ ਸਾਰੀ ਵਾਟ। ਸਰ ਸਾਹਿਬ ਨੇ ਝੋਲਾ ਚਪਟਾ ਸਾਰਾ ਚੱਕ ਲਿਆ, ਤਿਆਰ ਹੈ ਉਸਤਾਦ, ਹੁਣ ਚੱਲੀਏ। ਠੀਕ ਹੈ ਬਰਾੜ ਸਾਹਿਬ, ਕਿੱਦਾਂ ਦਾ ਫੀਲ ਕਰ ਰਹੇ ਹੋ ਆ ਕੇ ਪਿੰਡ? ਆ ਕੇ ਪਿੰਡ ਆ ਕੇ ਰਿਲੈਕਸ ਫੀਲ ਹੋ ਰਿਹਾ, ਰਿਲੈਕਸ ਫੀਲ ਹੋ ਰਿਹਾ।